ਦੋ ਦਾਦੀ ਤੇ ਦੋ ਨਾਲ ਆਪਣੇ ਤੇ ਵੰਡ ਇਸ ਤਰ੍ਹਾਂ ਪਾਈਏ ਪੁੱਤਰਾਂ ਦੀ ਦੋ ਚਮਕਾਰ ਤੇ ਦੋ ਸਰਹੰਦ ਅੰਦਰ ਤੇ ਜੰਝ ਏਦਾਂ ਚੜ੍ਹਾਈਏ ਪੁੱਤਰਾਂ ਦੀ ਨਿਰਛਲ ਮੌਤ ਦੇ ਨਾਲ ਵਿਆਏ ਗਏ ਨੇ ਨਿਰਛਲ ਮੌਤ ਦੇ ਨਿਰਛਲ ਮੌਤ ਦੇ ਨਾਲ ਵਿਆਏ ਗਏ ਨੇ ਤੇ ਡੋਲੀ ਕਰਨੀ ਆਈਏ ਪੁੱਤਰਾਂ ਦੀ
ਛੱਡਗੜੀ ਚਮਕੌਰੀ ਨੂੰ ਤੁਰ ਪਏ ਸਤਿਗੁਰ ਕਲਗੀਆਂ ਵਾਲੇ ਸਤਿਗੁਰ ਕਲਗੀਆਂ ਸਤਿਗੁਰ ਕਲਗੀਆਂ ਵਾਲੇ ਛੱਡਗੜੀ ਚਮਕੌਰ ਨੂੰ ਤੁਰ ਪਏ ਸਤਿਗੁਰ ਕਲਗੀਆਂ ਵਾਲੇ ਛੱਡਗੜੀ ਚਮਕੌਰ ਨੂੰ ਤੁਰ ਪਏ ਸਤਿਗੁਰ ਕਲਗੀਆਂ ਵਾਲੇ ਯਾਰ ਸਥਿਰ ਦਾ ਕਹਿ ਕੇ ਪੈ ਗਏ ਪੈਰਾਂ ਦੇ ਵਿੱਚ ਛਲ ਯਾਰ ਸਥਿਰ ਦਾ ਕਹਿ ਕੇ ਪੈ ਗਏ ਪੈਰਾਂ ਦੇ ਵਿੱਚ ਛਾਲੇ ਟਿੰਡ ਦਾ ਸਿਰਾਣਾ ਟਿੰਡ ਦਾ ਸਿਰਾਣਾ ਸੀਸ ਥੱਲੇ ਲਾ ਲਿਆ ਜਾਵਾਂ ਕਰਬਾਨ ਤੈਥੋਂ ਬਾਜਾਂ ਵਾਲਿਆ ਜਾਵਾਂ ਕਰਬਾਨ ਮਾਹੀ ਨੀਲੇ ਵਾਲਿਆ ਧੰਨ ਦਸ਼ਮੇਸ਼ ਪਿਤਾ ਚੋਜਨੇ ਨਿਰਾਲੇ ਤੇਰੇ ਧਾਰੇ ਅਵਤਾਰ ਧਰਮ ਹਿੰਦ ਦਾ ਬਚਾਇਆ ਹੈ ਮਾਤਾ ਪਿਤਾ ਪੁੱਤ ਵਾਰੇ ਪਰ ਉਪਕਾਰ ਦੇ ਲਈ ਸੀਸ ਲੈ ਕੇ ਖੰਡੇ ਵਾਲਾ ਅੰਮ੍ਰਿਤ ਛਕਾਇਆ ਹੈ ਚਿੜੀਆਂ ਨੇ ਮਸਤ ਹੋਏ ਬਾਜਾਂ ਨੂੰ ਮਰੋੜ ਦਿੱਤਾ ਦਸ ਲੱਖ ਨਾਲ ਮੱਥਾ ਚਾਲੀਆਂ ਨੇ ਡਾਇਆ ਹੈ ਖੇੜਿਆਂ ਦੀ ਸੇਜ ਨਾਲੋਂ ਯਾਰ ਦਾ ਸਥਰ ਚੰਗਾ ਚੜ੍ਹਦੀ ਕਲਾ ਦਾ ਸਬਕ ਦਿਲਬਰਾ ਪੜ੍ਹਾਇਆ ਹੈ ਚਵਰ ਛੱਤਰ ਤਖਤ ਦੇ ਮਾਲਕ ਦੋ ਜਹਾਨ ਦੇ ਵਾਲੀ ਕਲ ਜੋਗੀ ਜੀਵਾਂ ਨੂੰ ਤਾਰਨ ਹਾਰੇ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛੱਤਰ ਛਾਇਆ ਦੇ ਹੇਠ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੀ ਪਾਵਣੀ ਅਤੇ ਪਵਿੱਤਰ ਗੋਹ ਦਾ ਸ਼ਿੰਗਾਰ ਬਣ ਕੇ ਤਖਤ ਸੱਚਖੰਡ ਸ਼੍ਰੀ ਪਟਨਾ ਸਾਹਿਬ ਬਿਹਾਰ ਦੀ ਧਰਤੀ ਉੱਤੇ ਕਲਗੀਧਰ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਨਤਮਸਤਕ ਹੋਣ ਵਾਸਤੇ ਦੇਸ਼ਾਂ ਅਤੇ ਵਿਦੇਸ਼ਾਂ ਦੇ ਵਿੱਚੋਂ ਗੁਰੂ ਕੀਆਂ ਸਿੱਖ ਸੰਗਤਾਂ ਇਸ ਪਾਵਣੀ ਅਤੇ ਪਵਿੱਤਰ ਧਰਤੀ ਉੱਤੇ ਨਤਮਸਤਕ ਹੋਣ ਵਾਸਤੇ ਪਹੁੰਚੀਆਂ ਨੇ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਪੜ੍ਹੀਏ ਤੇ ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਜੀ ਬਾਣੀ ਦੇ ਵਿੱਚ ਬੜਾ ਸੋਹਣਾ ਜ਼ਿਕਰ ਕਰਦੇ ਨੇ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਫੁਰਮਾਨ ਕਰਦੇ ਨੇ ਬਿਨ ਭਾਗਾਂ ਸਤ ਸੰਗਨ ਲੱਭੈ ਬਿਨ ਸੰਗਤ ਮੈਲ ਭਰੀਜੇ ਜੀਓ ਅਸੀਂ ਸਾਰੇ ਹੀ ਵੱਡੇ ਭਾਗਾਂ ਵਾਲੇ ਜੀਵ ਹਾਂ ਕਿ ਸਾਨੂੰ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਉਸ ਪਾਵਣੀ ਅਤੇ ਪਵਿੱਤਰ ਸਥਾਨ ਦੇ ਉੱਤੇ ਨਤਮਸਤਕ ਹੋਣ ਵਾਸਤੇ ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ ਜਿੱਥੇ ਮੇਰੇ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦਾ ਪਾਵਣੀ ਅਤੇ ਪਵਿੱਤਰ ਆਗਮਨ ਗੁਰਪੁਰਬ ਹੋਇਆ ਸੀ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਦਰਬਾਰ ਅੰਦਰ ਜਿੰਨੀਆਂ ਵੀ ਸਿੱਖ ਸੰਗਤਾਂ ਹਾਜ਼ਰ ਹੋਈਆਂ ਨੇ ਇੱਕ ਵਾਰ ਪਿਆਰ ਦਾ ਸਬੂਤ ਦਿਓ ਅਤੇ ਗੱਜ ਕੇ ਕਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੱਡੇ ਭਾਗਾਂ ਵਾਲੇ ਅਸੀਂ ਕਿ ਜਿੱਥੇ ਸਰਬੰਸ ਦਾਨੀ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਆਪਣਾ ਬਚਪਨ ਬਿਤਾਇਆ ਸੀ ਉਸ ਥਾਂ ਉੱਤੇ ਆਪਾਂ ਨਤਮਸਤਕ ਹੋਣ ਵਾਸਤੇ ਪਹੁੰਚੇ ਹਾਂ ਸਮੂਹ ਸਾਧ ਸਿੰਘ ਜੀ ਅਸੀਂ 20 ਤਰੀਕ ਨੂੰ ਤਖ਼ਤ ਸ੍ਰੀ ਕੇਸਗੜ੍ਹ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਣੀ ਅਤੇ ਪਵਿੱਤਰ ਧਰਤੀ ਉੱਤੋਂ ਇੱਕ ਮਹਾਨਗਰ ਕੀਰਤਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੈ ਕੇ 20 ਦਸੰਬਰ ਨੂੰ ਰਵਾਨਾ ਹੋਈ ਸੀ ਕੱਲ੍ਹ ਰਾਤ ਨੂੰ 31 ਦਸੰਬਰ ਨੂੰ ਅਸੀਂ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦੇ ਪਾਵਣੀ ਅਤੇ ਪਵਿੱਤਰ ਦਰਬਾਰ ਅੰਦਰ 12 ਦਿਨਾਂ ਦਾ ਲੰਮਾ ਸਫ਼ਰ ਤੈਅ ਕਰਕੇ ਪੜਾਅ ਦਰ ਪੜਾਅ ਹੁੰਦੇ ਹੋਏ ਇਸ ਸਥਾਨ ਦੇ ਉੱਤੇ ਪਹੁੰਚੇ ਹਾਂ ਜਿਸ ਸ਼ਹਿਰ ਥਾਣੀ ਜਿਸ ਪਿੰਡ ਥਾਣੀ ਜਿਸ ਕਸਬੇ ਥਾਣੀ ਇਹ ਮਹਾਨ ਨਗਰ ਕੀਰਤਨ ਆਇਆ ਏ ਅਸੀਂ ਵੇਖਿਆ ਜਦੋਂ ਇਹ ਮਹਾਨ ਨਗਰ ਕੀਰਤਨ ਅੱਗੇ ਲੰਘ ਜਾਂਦਾ ਸੀ
गुरु कियां सिख संगतां दे अखां दे विच पानी आ जांदा सी कि कलगीधर गुरदेव पातशाह महाराज जी दे पावनी अते पवित्र स्थान दे उत्ते महान नगर कीर्तन चलिया है। गुरु कियां सिख संगतां उन्हां राहां नूं मत्था टेकदियां सन जिस रात थानी ये महान नगर कीर्तन सतगुरु महाराज जी दे पावनी अते पवित्र स्थान दे उत्ते पहुंचिया है। हर एक इंसान दे मन दी इच्छा हुंदी है कि कलगीधर गुरदेव पातशाह महाराज जी के पावनी अते पवित्र स्थान के उत्ते चले हाँ, गुरु के पावन दरबार अंदरों कुछ ना कुछ आसीस लैण वास्ते कुछ ना कुछ मंगण वास्ते इंसान हाजिर हुंदा है। असी सारे ही मंगते बन के उस दाते दे पावन दरबार अंदर हाजिर होए हाँ, जिस दाते दे दरबार के अंदरों हर एक धर्म के इंसान नूं दातां मिलदियां ने। गुरदेव पातशाह महाराज जी नवाजदे ने पर सतगुरु महाराज जी की बाणी पढ़िए, गुरदेव पातशाह महाराज जी बाणी दे विच जिक्र करते हैं सतगुरु महाराज जी संसार की कड़ी ऐसी दात है जिहड़ी इंसान नूं गुरदेव पातशाह महाराज जी के पावन दरबार अंदरों ना मिलती होवे। इत्थे कोई पुत्र वास्ते अरदास करे भैणां नूं पुत्र मिलते आ, भैन अरदास करे वीर वास्ते इत्थों वीर मिलते ने, दादी अरदास करे पोतरे वास्ते इत्थों पोतरे मिलते ने, नानी अरदास करे दोते वास्ते इत्थों दोते मिलते ने, तंदुरुस्ती वास्ते अरदास करे संगत ते तंदुरुस्ती मिलती है। इत्थे जिहो जी अरदास करोगे वह प्रवान हो जाएगी, पर प्रवान किन्हां दी होवेगी जिन्हां दी बाबत सतगुरु महाराज जी बाणी विच जिक्र करते हैं। गुरदेव पातशाह महाराज जी बाणी दे विच फरमान करते ने, साचे साहिबा क्या नाही कर तेरे। सतगुरु महाराज जी संसार की कड़ी ऐसी दात है, संसार की कड़ी ऐसी वस्तु है जिहड़ी इंसान नूं गुरदेव पातशाह महाराज जी के पावन दरबार अंदरों ना मिलती होवे। ते गुरदेव पातशाह महाराज जिक्र करते ने, साचे साहिबा क्या नाही कर तेरे, घर तां तेरे सब किश है जिस दे सो पावे, जिहदे उत्ते तू कृपा करदा दातिया तेरे भरे होए खजानियां दे विचों दातां लेके वह गुरु की संगत का रूप बन के आया होया इंसान अपनियां खाली झोलियां भर के ते घरां नूं वापस जांदा है। तुसी गुरु के पावन दरबार अंदर आए जो आ समुचियां सिंह संगतां नूं दात दे ढड़ जत्थे वल्लों साहिब श्री गुरु गोबिंद सिंह पातशाह महाराज जी दे 350 साल प्रकाश दिवस दियां लख लख वधाइयां होण अपने दर दे उत्ते प्रवान करना। गुरदेव पातशाह महाराज जी दे पावनी अते पवित्र दरबार अंदर सिख चैनल वाले मेरे सत्कारयोग वीर जी जिहड़े इस प्रोग्राम की पूरी रिकॉर्डिंग कर रहे हैं, देशों विदेशों में बैठिया हुई सिख संगतां इत्थों लाइव प्रोग्राम के उत्ते आनंद मार रही ने। उत्थे चढ़दी कला टाइम टीवी वाले भी सत्कारयोग वीर जी इस प्रोग्राम नूं पूरा लाइव दिखा रहे हैं। मैं तहे दिलों धन्नवाद करदा है, गुरु कृपा करे सिर दे उत्ते मेरा प्रिया हथ रखे। बहुत ही सत्कारयोग सिख संगतां वल्लों इतिहास पिंड माया हाजिर होई है जिन्हां दे नाम मेरे गुरदेव पातशाह महाराज जी आप जानते हैं। गुरु कृपा करे सिर दे उत्ते मेरा प्रिया हथ रखे ते तंदुरुस्तियां दातां गुरदेव पातशाह महाराज बख्शिश करन। किसे विद्वान ने कलगीधर गुरदेव पातशाह महाराज जी की बाबत चंद लैणा बड़िया सोहणियां लिखिया है। वो लिखदा है, पटने शहर अंदर एक नूर प्रकाश होया, रोशनी बख्शी जिन्हें संसार ताई, सीधा साफ रस्ता लभ्या भुलिया नूं, किवें भुलीए उहदे उपकार ताई, ये सच है कि हुणी ने हद कर छड़ी, रोल छड़िया उहदे परिवार ताई, पर फिर भी मर्द अगंबड़े ने खेड़ा बख्शिया सिखी गुलजार ताई, लोड़ पिता दी पई पिता दिता, लोड़ पुत्तां दी पई पुत वार दे रहे, समय बहुत उलझाया हजूर ताई, आप समय दी जुलफ सवार दे रहे, लखां वैरियां नूं रण विच हार दे के सदा जित वल कदम पसार दे रहे। उस गुरदेव पातशाह महाराज जी के जीवन के विचों आ सिख संगतां दे नाल दादा ढड़ जत्था इतिहास के उत्ते विचार करेगा। जदों रात नूं असी इस स्थान के उत्ते सतसंग जी पहुँचे ना, मैं रात के समय तख्त श्री हरिमंदर साहब की पावनी अते पवित्र धरती के लागे लागे जिन्हिया भी गलियां सन
जिन्हें भी चौंक सन उन्हें चौंका थानी लंघिया मेरे मन च आस सी कलगीधर गुरदेव पातशाह महाराज बचपन के इन्हों गलिया के अंदर कदे अपने पावन ते पवित्र चरण पा के तार दे हुए लंघे होणगे। जिथे भी गुरु की संगत पैर रखेगी ना संगत के मन के अंदर आस आएगी इत्थे बाल उम्र के कलगीधर गुरदेव पातशाह महाराज जी के छोटे छोटे पावनी ते पवित्र चरण पाए होणगे। हजूर ने इस धरती नूं अपने पावनी ते पवित्र चरण पा के तारना कीता सी। कोई इंसान अपने घर के अंदर मंजा डाह के कोठे की छत उत्ते मंजा डाह के बैठ जाए रात नूं आसमान दे विच तारे चढ़ते हैं तो गिने जा सकते हैं, पर जिहड़े कलगीधर गुरदेव पातशाह महाराज ने संसार उत्ते आके पापी तार दिते ने उन्हां दी गिनती दुनिया का कोई विद्वान संसार उत्ते नहीं कर सकता। तारे संसार विच तारे गिने जा सकते ने पर जिहड़े कलगीधर गुरदेव पातशाह महाराज ने तारे ने उन्हां दी गिनती संसार दे विच करनी औखी हो जाएगी। जिहड़ा भी इत्थे अरदास करेगा कलगीधर गुरदेव पातशाह महाराज जी दे पावन दर दे उत्ते प्रवान हो जाएगी, पर प्रवान उन्हां दी होवेगी जिन्हां ने श्रद्धा भावना प्यार ते सत्कार नाल अरदास करनी है, जिन्हां दे मन दे अंदर इत्थे आके हाजरी प्रवान ना होई जिहड़े मन करके हाजिर ना होए उन्हां दी अरदास भी प्रवान नहीं होवेगी। क्योंकि गुरदेव पातशाह महाराज जी बाणी दे विच जिक्र करदे ने मन बेचे सतगुर के पास ते सेवक के कारज रास। जिहड़ा गुरु का सिख जीव प्राणी इंसान आके अपना मन कलगीधर गुरदेव पातशाह महाराज जी के पावन चरणों अंदर अर्पण कर देवेगा उहदी अरदास सतगुरु महाराज जी के दर के उत्ते प्रवान हो जाएगी। कलगीधर गुरदेव पातशाह महाराज जी के जे कितने जीवन में पढ़िया जाए पता लगता है सतगुरु महाराज ने संसार उत्ते आके अपने सरबंस का बलिदान दे दिता। कुछ वीर ने मैनू बेनती की कलगीधर गुरदेव पातशाह महाराज जी के पावनी ते पवित्र आगमन गुरपुरब की कथा इसे महान ते पावन पवित्र स्टेज उत्ते होई है। चविंडा जी तुसी कृपा करियो जे गुरु तुहाडे सिर दे उत्ते मेरा भरिया हाथ रखे तुहानूं बल बख्शिश करे सतगुरु महाराज जी के छोटे दो साहिबजादे की शहीदी की दास्तान जिहड़ी है ओ गुरु की सिख संगत नाल सांझी करियो। गुरु की संगत एक बार अरदास करियो पातशाह इन्हां बच्चियां दे सिर दे उत्ते मेरा भरिया हाथ रख के कलगीधर गुरदेव पातशाह महाराज जी आप ही सेवा लैण की कृपालता करनी ते गज के कह दो नानक नाम चढ़दी कला तेरे भाणे सरबत दा भला। साध संगत जी 11 अते 12 पोह दो पेशियां होईयां ने छोटे साहिबजादियां दियां पापी वजीर खां सूबे सरहंद की कचहरी अंदर 12 पोह की पेशी भुगत के गुरु के लाल वापस दादी माँ माता गुजरी जी दे कोल ठंडे बुरज में आ जाते हैं। पापी वजीर खां ने 12 पोह की पेशी तो बाद अपने सारे वजीरां दे नाल अपने काजी मुले ते मुलाणियां दे नाल एक सलाह की है कि जे 13 पोह नूं सतगुरु महाराज जी दे साहिबजादे इस्लाम प्रवान कर लैन मैं धियां दे डोले देण वास्ते तैयार हैं, जागीरां देण वास्ते तैयार हैं, सुंदर महल बना के देण वास्ते तैयार हैं, पर जे कलगीधर गुरदेव पातशाह महाराज जी दे साहिबजादे ने कल इस्लाम प्रवान ना की फिर गुरु दे लाला उत्ते फतवा ला के शहीद कर दिता जाएगा। ये सारियां गल्लां अपने कन्नां दे नाल बाबा मोती महरा सुन रहा सी। वह बाबा मोती महरा जिन्हें गुरु के लाल ते माता गुजरी जी नूं दुध छकाउण दी सेवा सरहम दी धरती उत्ते ठंडे बुरज विच कीती सी 12 पोह दे सूरज ने अपना मुख छुपाया। बाबे मोती महरे ने अपने घर दे अंदर दुध गर्म कीता गड़वे दे विच गर्मा गर्म दुध पा के बाबा मोती महरा 12 पोह दी रात नूं ठंडे बुरज विच आया चौंकड़ा मार के दादी माँ ते छोटे साहिबजादे दे सन्मुख बैठा। सामने दादी माँ बैठी है बाबा मोती महरा नाले ते गड़वे दे विचों गुलास च साध संगत जी दुध पा रहा है नाले अखां दे विचों हंजू बहा रहा है। दादी माँ माता गुजरी ने मोढ़े उत्ते हाथ रख के आख्या बेटा मोती की गल होई है नाले अज दुध छकाउण दी सेवा कर रहे हैं नाले अखां दे विचों हंजू बहा रहे हैं इहदा कारण की है गर्मा गर्म दुध वाला गड़वा ठंडे बुरज की ठरी फर्श उत्ते रख के
बाबे मोती मेरे दियां ताहां निकल गया। दो हाथ जोड़ के आखन लगा, दादी मां कल तुहाडे साहबजादे पापी वजीर खां सूबे सरहंद दी कचहरी अंदर पेशी भुगतन वास्ते जाणगे जरूर, पर जालम सरकार उन्होंने शहीद कर देवेगी। दादी मां 12 ते 13 पोह दी रात नूं दोवां साहबजादियां नूं घुट के छाती ना ला के ਉਹਨੂੰ ਆਪਣੇ ਵੱਡੇ ਵਡੇਰਿਆਂ ਦੀ ਸਿੱਖਿਆ ਦੇ ਰਹੀ ਹੈ ਕਿ ਤੁਹਾਡੇ ਵੱਡੇ ਵਡੇਰਿਆਂ ਨੇ ਆਪਣੀ ਜਾਨ 'ਤੇ ਨਿਸ਼ਾਵਰ ਕਰ ਦਿੱਤੀ, ਸਿਰ ਧੜ ਦੀ ਬਾਜੀ 'ਤੇ ਲਾ ਦਿੱਤੀ, ਪਰ ਤੁਹਾਡੇ ਵੱਡੇ ਵਡੇਰਿਆਂ ਨੇ ਕਦੇ ਵੀ ਸਿੱਖੀ ਧਰਮ ਨੂੰ ਦਾਗ ਨਹੀਂ ਲਾਇਆ। ਸਾਰੀ ਰਾਤ ਦਾਦੀ ਮਾਂ ਨੇ ਸਿੱਖਿਆ ਦਿੱਤੀ ਅਤੇ ਸਾਧ ਸਿੰਘ ਦੀ 13 ਪੋਹ ਦੇ 10 ਵੱਜ ਗਏ। ਦੋ ਸਿਪਾਹੀ ਪਾਪੀ ਵਜ਼ੀਰ ਖਾਂ ਸੂਬੇ ਸਰਹੰਦ ਦੇ ਇਕੱਲੇ ਹੋਏ, ਠੰਡੇ ਬੁਰਜ ਵਿੱਚ ਆਏ ਤੇ ਆਵਾਜ਼ ਮਾਰ ਕੇ ਆਖਿਆ, ਦਾਦੀ ਮਾਂ ਅਸੀਂ ਤੁਹਾਡੇ ਸਾਹਿਬਜ਼ਾਦੇ ਨੂੰ ਲੈਣ ਵਾਸਤੇ ਆਏ ਹਾਂ, ਵਜ਼ੀਰ ਖਾਨ ਨੇ ਘੱਲਿਆ ਅਤੇ ਆਪਣੇ ਸਾਹਿਬਜ਼ਾਦੇ ਨੂੰ ਸਾਡੇ ਨਾਲ ਤੋਰਿਆ ਜਾਵੇ। ਦਾਦੀ ਮਾਂ ਨੇ ਆਪਣੇ ਛੋਟੇ ਦੋ ਸਾਹਿਬਜ਼ਾਦਿਆਂ ਨੂੰ ਆਵਾਜ਼ ਮਾਰੀਏ, ਠੰਡੇ ਬੁਰਜ ਦੀ ਠਰੀ ਫਰਸ਼ ਤੋਂ ਉੱਠ ਕੇ ਦੌੜ ਕੇ ਆ ਕੇ ਸਾਹਿਬਜ਼ਾਦਿਆਂ ਨੇ ਆਪਣੀਆਂ ਛੋਟੀਆਂ ਛੋਟੀਆਂ ਬਾਹਾਂ ਦੀ ਗੱਲ ਵੱਖਰੀ, ਦਾਦੀ ਮਾਂ ਮਾਤਾ ਗੁਜਰੀ ਦੇ ਗਲ ਵਿੱਚ ਪਾ ਦਿੱਤੀ। ਦਾਦੀ ਮਾਂ ਨੇ ਦੋਵਾਂ ਸਾਹਿਬਜ਼ਾਦਿਆਂ ਦੇ ਚੰਦ ਵਰਗੇ ਮੁੱਖੜੇ ਚੁੰਮ ਕੇ ਸਿਰ ਦੇ ਉੱਤੇ ਪਿਆਰ ਨਾਲ ਹੱਥ ਫੇਰ ਕੇ 13 ਪੋਹ ਨੂੰ ਵਜ਼ੀਰ ਖਾਂ ਸੂਬੇ ਸਰਹੰਦ ਦੀ ਕਚਹਿਰੀ ਅੰਦਰ ਪੇਸ਼ੀ ਭੁਗਤਣ ਤੋਂ ਪਹਿਲਾਂ ਜਿਹੜੀ ਇੱਕ ਅਸੀਸ ਦਿੱਤੀ ਹੈ, ਉਸ ਵੇਲੇ ਦੀ ਤਸਵੀਰ ਨੂੰ ਚਵਿੰਡੇ ਦਾ ਢੜ ਜੱਥਾ ਸੰਗਤਾਂ ਦੇ ਸਨਮੁੱਖ ਬਿਆਨ ਹੇ ਇੰਜ ਕਰ ਰਿਹਾ ਜੀ। ਉੱਠ ਮੁੱਖ ਦਿਖਲਾਵੋ, ਉੱਠੋ ਮੇਰੇ ਲਾਲ ਜੀ ਉੱਠ ਮੁੱਖ ਦਿਖਲਾਵੋ, ਆਹ
ਧਰਮ ਦੇ ਵਾਸਤੇ ਜਿੰਦ ਕੋਲ ਕਮਾਵੋ ਆਓ ਪੁਰਜਾ ਪੁਰਜਾ ਕੱਟ ਮਾਰੋ ਨਾ ਧਰਮ ਡਲਾਵੋ ਪੁਰਜਾ ਪੁਰਜਾ ਕੱਟ ਮਾਰੋ ਨਾ ਧਰਮ ਡਲਾਵੋ ਓ ਅੰਮ੍ਰਿਤ ਖੰਡੇ ਤਾਰ ਦੀ ਸ਼ਕਤੀ ਦਿਖਲਾਵੋ ਓ ਅੰਮ੍ਰਿਤ ਖੰਡੇ ਤਾਰ ਦੀ ਸ਼ਕਤੀ ਦਿਖਲਾਵੋ ਦੋਵਾਂ ਸਾਹਿਬਜ਼ਾਦਿਆਂ ਨੂੰ ਦਾਦੀ ਮਾਂ ਮਾਤਾ ਗੁਜਰੀ ਜੀ ਨੇ 13 ਪੋਹ ਦੀ ਪੇਸ਼ੀ ਭੁਗਤਣ ਤੋਂ ਪਹਿਲਾਂ ਇੱਕ ਸਿੱਖਿਆ ਦਿੱਤੀ ਦੋਵਾਂ ਸਾਹਿਬਜ਼ਾਦਿਆਂ ਨੂੰ ਦਾਦੀ ਮਾਂ ਨੇ ਸਿਰ ਦੇ ਉੱਤੇ ਪਿਆਰ ਨਾਲ ਹੱਥ ਫੇਰ ਕੇ ਅਸੀਸ ਦੇ ਕੇ ਠੰਡੇ ਬੁਰਜ ਵਿੱਚੋਂ ਤੋਰਨਾ ਕੀਤਾ ਦੋਵੇਂ ਸਾਹਿਬਜ਼ਾਦੇ ਆਪਣੇ ਛੋਟੇ ਛੋਟੇ ਕਦਮਾਂ ਦੇ ਨਾਲ ਸਾਧ ਸੰਗਤ ਜੀ ਛੋਟੀਆਂ ਛੋਟੀਆਂ ਲਾਂਘਾਂ ਪੁੱਟਦੇ ਹੋਏ ਪਾਪੀ ਵਜ਼ੀਰ ਖਾਂ ਸੂਬੇ ਸਰਹੰਦ ਦੀ ਕਚਹਿਰੀ ਅੰਦਰ 13 ਪੋਹ ਦੀ ਪੇਸ਼ੀ ਭੁਗਤਣ ਵਾਸਤੇ ਰਵਾਨਾ ਹੋ ਗਏ ਅਜੇ ਸਾਹਿਬਜ਼ਾਦੇ 4 ਕਦਮ ਤੁਰੇ ਇੱਕ ਵਾਰ ਸਾਹਿਬਜ਼ਾਦੇ ਨੂੰ ਦਾਦੀ ਮਾਂ ਦੀ ਮਮਤਾ ਨੇ ਦਾਦੀ ਮਾਂ ਦੇ ਪਿਆਰ ਨੇ ਖਿੱਚ ਪਾਈ ਦੋਵੇਂ ਸਾਹਿਬਜ਼ਾਦੇ 4 ਕਦਮ ਚੁੱਕ ਕੇ ਤੇ ਰੁੱਕ ਜਾਂਦੇ ਨੇ ਜਦੋਂ ਸਾਹਿਬਜ਼ਾਦੇ 4 ਕਦਮ ਤੁਰ ਕੇ ਰੁੱਕ ਗਏ ਠੰਡੇ ਬੁਰਜ ਵਾਲੇ ਪਾਸੇ ਨੂੰ ਮੁੱਖ ਕੀਤਾ ਦਾਦੀ ਮਾਂ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾਈਆਂ ਨੇ ਦੋਵਾਂ ਸਾਹਿਬਜ਼ਾਦਿਆਂ ਨੇ ਤੇ ਖਲੋ ਕੇ ਦੋਵਾਂ ਸਾਹਿਬਜ਼ਾਦਿਆਂ ਨੇ ਇੱਕ ਇੱਕ ਸਵਾਲ ਦਾਦੀ ਮਾਂ ਦੇ ਨਾਲ ਕੀਤਾ ਸਭ ਤੋਂ ਪਹਿਲਾਂ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਦੀ ਉਮਰ ਇਤਿਹਾਸ ਦੇ ਵਿੱਚ 7 ਸਾਲ ਲਿਖੀ ਗਈ ਹੈ ਅਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਨੇ ਆਪਣੀ ਤੋਤਲੀ ਜ਼ਬਾਨ ਦੇ ਵਿੱਚੋਂ ਜੋ ਕੁਝ ਕਿਹਾ ਕਿਸੇ ਵਿਦਵਾਨ ਨੇ ਆਪਣੀ ਕਲਮ ਦੇ ਨਾਲ ਉਸ ਵੇਲੇ ਦੇ ਨਕਸ਼ੇ ਨੂੰ ਸਾਧ ਸਿੰਘ ਜੀ ਬੜਾ ਸੁੰਦਰ ਖਿੱਚਿਆ ਹੈ ਉਹ ਲਿਖਦੇ ਤੁਰ ਪਏ ਦੋਵੇਂ ਲਾਡਲੇ ਜਦ ਫਤਿਹ ਬੁਲਾ ਕੇ ਵਾਰ ਆਖਰੀ ਮਾਂ ਦੇ ਚਰਨੀ ਹੱਥ ਲਾ ਕੇ ਬੂਹੇ ਵਿੱਚੋਂ ਪਰਤ ਕੇ ਬੋਲੇ ਮੁਸਕਰਾ ਕੇ ਮਾਂ ਉਡੀਕਾਂਗੇ ਅਸੀਂ ਤੈਨੂੰ ਸੱਚ ਖੰਡ ਵਿੱਚ ਜਾ ਕੇ ਪਰ ਨਾ ਆਉਣਾ ਤੁਸਾਂ ਨੇ ਬਹੁਤੀ ਦੇਰ ਲਗਾ ਕੇ ਥੱਕ ਨਾ ਜਾਈਏ ਅੰਮੀਏ ਅਸੀਂ ਅਉਸੀਆਂ ਪਾ ਕੇ ਸਾਡਾ ਜੀ ਨਹੀਂ ਲੱਗਣਾ ਮਾਂ ਛੇਤੀ ਆਉਣਾ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਨੇ ਸਵਾਲ ਕੀਤਾ ਮਗਰੇ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਦੀ ਵਾਰੀ ਆ ਗਈ ਬਾਬਾ ਜ਼ੋਰਾਵਰ ਸਿੰਘ ਨੇ ਆਖਿਆ ਦਾਦੀ ਮਾਂ ਵੇਖੀ ਕਿਤੇ ਤੂੰ ਲੇਟ ਨਾ ਹੋ ਜਾਈਂ ਸਾਡੇ ਮਗਰੇ ਹੀ ਸੱਚਖੰਡ ਵਿੱਚ ਆ ਜਾਈਂ ਪਰ ਜੇ ਕਿਤੇ ਤੂੰ ਲੇਟ ਹੋ ਗਈ ਤੇ ਤੇਰੇ ਨਾਲ ਉਹ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਰੁੱਸ ਗਿਆ ਫਿਰ ਇਹਨੂੰ ਮਨਾਉਣਾ ਬੜਾ ਔਖਾ ਏ ਮਨਾਉਣਾ ਬੜਾ ਮੁਸ਼ਕਲ ਏ ਇੱਕ ਵਾਰ ਦੀ ਸਾਧ ਸਿੰਘ ਜੀ ਮੈਨੂੰ ਗੱਲ ਯਾਦ ਆ ਗਈ ਸ਼੍ਰੀ ਅਨੰਦਪੁਰ ਸਾਹਿਬ ਦੀ ਪਾਵਣੀ ਅਤੇ ਪਵਿੱਤਰ ਧਰਤੀ ਆਨੰਦਗੜ੍ਹ ਦੇ ਕਿਲ੍ਹੇ ਅੰਦਰ ਦਾਦੀ ਮਾਂ ਮਾਤਾ ਗੁਜਰੀ ਜ਼ਮੀਨ ਦੀ ਛਾਤੀ ਉੱਤੇ ਚੌਂਕੜਾ ਮਾਰ ਕੇ ਬੈਠੇ ਹੋਏ ਨੇ ਸਾਹਮਣੇ ਸਤਿਗੁਰੂ ਮਹਾਰਾਜ ਜੀ ਦੇ 4 ਸਾਹਿਬਜ਼ਾਦੇ ਖੇਡ ਰਹੇ ਨੇ ਖੇਡਦਿਆਂ ਖੇਡਦਿਆਂ ਸਾਧ ਸਿੰਘ ਜੀ ਕਿਸੇ ਗੱਲ ਤੋਂ ਛੋਟਾ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਰੁੱਸ ਗਿਆ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਰੁੱਸ ਗਿਆ ਉਹਨੇ ਆਪਣੇ ਗੋਡਿਆਂ ਅੰਦਰ ਆਪਣਾ ਸਿਰ ਦੇ ਕੇ ਅਤੇ ਰੋਣਾ ਸ਼ੁਰੂ ਕੀਤਾ ਅਤੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਕੋਲੋਂ ਜਰਿਆ ਨਾ ਗਿਆ ਕਿ ਮੇਰਾ ਛੋਟਾ ਵੀ ਰੁੱਸਿਆ ਅਤੇ ਰੋਣ ਡਿਆ ਏ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਨੇ ਆਪਣੇ ਜ਼ਮੀਨ ਉੱਤੇ ਦੋਵੇਂ ਗੋਠ ਮੁੱਦੇ ਮਾਰੇ ਆਪਣੇ ਦੋਵੇਂ ਹੱਥ ਜ਼ਮੀਨ ਉੱਤੇ ਲਾਲੇ ਅਤੇ ਸਾਧ ਸਿੰਘ ਜੀ ਘੋੜਾ ਬਣ ਗਿਆ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਨੇ ਆਖਿਆ ਵੀਰ ਫਤਿਹ ਸਿੰਘਾ ਆ ਤੂੰ ਮੇਰੀ ਪਿੱਠ ਉੱਤੇ ਬਹਿ ਮੈਂ ਘੋੜਾ ਬਣਿਆ ਅਤੇ ਤੈਨੂੰ ਹੂਟੇ ਦੇਵਾਂ ਅਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਨੇ ਆਪਣੇ ਛੋਟੇ ਛੋਟੇ ਹੱਥਾਂ ਨਾਲ ਧੱਕਾ ਮਾਰ ਕੇ ਆਖਿਆ ਵੀਰਾ ਮੈਂ ਨਹੀਂ ਤੁਹਾਡੇ ਨਾਲ ਖੇਡਣਾ ਮਾਤਾ ਗੁਜਰੀ ਨੇ ਛੋਟੇ ਸਾਹਿਬਜ਼ਾਦੇ ਨੂੰ ਚੁੱਕਿਆ ਆਪਣੀ ਗੋਦੀ ਵਿੱਚ ਪਾਇਆ ਅਤੇ ਸਾਹਿਬਜ਼ਾਦਾ ਰੋ ਰਿਹਾ ਏ ਦਾਦੀ ਮਾਂ ਨੇ ਕੋਲ ਖਲੋਤੇ ਸਿੱਖ ਨੂੰ ਆਖਿਆ ਜਾ ਭਾਈ ਸਿੱਖਾ ਦੌੜ ਕੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਦੇ ਖੇਡਣ ਵਾਸਤੇ ਖਿਡਾਉਣੇ ਅਤੇ ਖਾਣ ਵਾਸਤੇ ਫਲ ਲਿਆਉਂਦੇ ਜਾਣ ਸਿੱਖ ਦੌੜ ਕੇ ਗਿਆ ਉਹਨੇ ਖਿਡਾਉਣੇ ਲਿਆਉਂਦੇ ਫਲ ਲਿਆਉਂਦਾ ਦਾਦੀ ਮਾਂ ਨੇ ਆਖਿਆ ਬੇਟਾ ਫਤਿਹ ਸਿੰਘ ਆਹਲੇ ਖੇਡਣ ਵਾਸਤੇ ਖਿਡਾਉਣੇ ਅਤੇ ਆਹਲੇ ਖਾਣ ਵਾਸਤੇ ਫਲ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਨੇ
अपनी दादी मां दे ठोडी उत्ते हाथ रख के साध सिंह जी आख्या दादी मां मैनू ये चीज़ां नहीं चाहीदियां। दादी मां माता गुजरी ने आख्या बेटा फतेह सिंह ना तू वीरां नाल खेडना ना तू खड़ाउणियां नाल खेडना ना तू फल खाने पर तू दस तैनू चाहीदा की है। तो दादी मां की गल सुन के जो चीज़ साहबजादा बाबा फतेह सिंह ने दादी मां दे कोलो मंगी ना इतिहास कहिंदा है कि संसार दे लोकां दा कालजा पाड़ गया। साहबजादा बाबा फतेह सिंह ने रोंदिया होया एक छोटा जिहा हटकोरा लेके आख्या दादी मां मैनू मां चाहीदी है मां। माता गुजरी ने आख्या बेटा फतेह सिंह जे तैनू मां चाहीदी है तू मां नू मिलना ना फिर आपां नू स्वर्गा विच जाना पवेगा। ते साहबजादा बाबा फतेह सिंह गोदी विच उठ के दादी मां दी उंगल फड़ के आखन लगा दादी मां चल फिर मां नू मिल वास्ते आपां स्वर्गा विच चलीए। माता गुजरी ने आख्या बेटा फतेह सिंह जो स्वर्गा विच जाण दा मौका आ गया तुहाडी दादी मां तुहाडे तो पिछे नहीं रहेगी तुहाडे नाल ही स्वर्गा दे विच तुहाडी मां नू मिल वास्ते चले जावेगी। साहबजादा बाबा जोरावर सिंह ने याद कराया आख्या दादी मां जे तू लेट होगी ते तेरे नालों साहबजादा बाबा फतेह सिंह रुस जाना है फिर इन रुस्से नू मनाउणा बड़ा औखा हो जाएगा साढ़े मगरे आ जाई। वो विद्वान ने बड़ा सोहना लिखिया है वो कहिंदा साडा जी नहीं लगना मां छेती आउणा नहीं ते रुसपू फतेह सिंह तेरा जी परचाउणा मिणता कर कर यमीए फिर पौ मनाउणा तेरी गोदी बाजो ना सानू सचखंड भावना मावा बाजो लगदा मां स्वर्ग डरावना सुन के मूर्त प्यार दी उठी बल ला के दोवां साहबजादियां दियां दादी मां माता गुजरी ने गल्लां सुनिया अपने इन्हां दोवां हत्थां दियां तलियां दादी मां माता गुजरी ने अपने गोडियां उत्ते रख के ते उठण दा जतन किया। उठ के दादी मां बुरजी दे नाल टोल आ के खलो जांदी है। ढाडियां दे पैदामा बापू सोहण सिंह जी सीतल लिखदे ने सुन के मूर्त प्यार दी उठी बल ला के जाओ मेरे हीरियो सुन के मूर्त प्यार दी उठी बल ला के विच दलीजा जा खली बाही हथ पा के रुक गई ममता तड़फ दी बुला ते आके पीले हंजू अंदरे उस डीका लाके भाणा मन अकाल दा बोली मुस्कुरा के जाओ मेरे हीरियो मैं मगरे आवा। वो पुत्रा पिछों जूंदियां कद सुनिया मावा पुत्रा उदारे राम करन मावा दियां बाहां मां पुत्र दी सांझ जियो चानण पर छावा जिधर जांदे हंस उधरे जांदियां छावा मैं तोर घरां दियां रौनकां ते स्वर्ग वसावा जर लांगी मैं बच्चियो मेरा वड्डा हजेरा। इत्थे साहबजादा बाबा फतेह सिंह ने एक होर सवाल कर दिता आख्या दादी मां आनंदपुर की धरती उत्ते साडी मां ते तेरे नालों तेरी नौ राणी जीतां जी विछड़ गए आनंदपुर खुस गया सरसा नदी के किनारे उत्ते साडा पिता ते तेरा पुत्र तेरे नालों विछड़ गया उस सरसा नदी के किनारे उत्ते साडे वड्डे दो भरा ते तेरे वड्डे दो पोतरे तेरे नालों विछड़ गए उस सरसा नदी के किनारे उत्ते साडियां दो मतावां ते दादी मां तेरियां दो नौवां तेरे नालों विछड़ गईयां अज परिवार दे विच इक आखरी चीज असीं तुहाडे कोल बचे हाँ ते दादी मां अज असां वी विछड़ जाणा है असां वी विछोड़ा पा जाणा है की गल दादी मां जी तुसीं साडा विछोड़ा जर लोगे। ते दादी मां ने जवाब दे के आख्या जर लांगी मैं बच्चियो मेरा वड्डा जेरा ओए पीड़ा सामण वास्ते दिल थाओ बथेरा पति वारिया पड़दियां वाह भाणा तेरा केड़ा सालनी जिगर ते ला बैठा डेरा जद जद रातां कालियां आ पावन घेरा उन्हां विचों जमदा चन सोन सवेरा। दोवें साहबजादे दादी मां दे नाल
ਸਵਾਲ ਤੇ ਜਵਾਬ ਕਰਕੇ ਤੇਰਾ ਪੋ ਨੂੰ ਪਾਪੀ ਵਜ਼ੀਰ ਖਾਂ ਸੂਬੇ ਸਰਹੰਦ ਦੀ ਕਚਹਿਰੀ ਅੰਦਰ ਪਹੁੰਚ ਜਾਂਦੇ ਨੇ। ਇੱਕ ਪਾਸੇ ਤਲਵਾਰਾਂ ਵਾਲੇ ਖਲੋਤੇ, ਇੱਕ ਪਾਸੇ ਨੇਜਿਆਂ ਵਾਲੇ ਖਲੋਤੇ, ਸਾਹਮਣੇ ਬੰਦੂਕਾਂ ਵਾਲੇ ਖਲੋਤੇ, ਤਲਵਾਰਾਂ ਦੀਆਂ ਛਾਵਾਂ ਦੇ ਥੱਲੇ, ਨੇਜਿਆਂ ਦੀਆਂ ਨੋਕਾਂ ਦੇ ਅੱਗੇ ਤੇ ਬੰਦੂਕ ਦੀਆਂ ਗੋਲੀਆਂ ਦੇ ਸਾਹਮਣੇ ਕੋਈ ਕੋਈ ਬਹਾਦਰ ਸੂਰਮਾ ਯੋਧਾ ਹੀ ਕਾਇਮ ਰਿਹਾ ਕਰਦਾ ਏ। ਦੋਵਾਂ ਸਾਹਿਬਜ਼ਾਦਿਆਂ ਨੇ ਤੇਰਾ ਪੋ ਨੂੰ ਵੀ ਗੱਜ ਕੇ ਆਖਿਆ, ਵਜ਼ੀਰ ਖਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਾਪੀ ਵਜ਼ੀਰ ਖਾਂ ਨੇ ਆਖਿਆ, ਨਦਾਰ ਬਾਲਕੋ ਇਹ ਤੁਹਾਡਾ ਆਨੰਦਪੁਰ ਨਹੀਂ ਏ, ਇਹ ਤੁਹਾਡਾ ਪਟਨਾ ਸਾਹਿਬ ਨਹੀਂ ਜਿੱਥੇ ਫਤਿਹ ਪ੍ਰਵਾਨ ਹੋਵੇਗੀ। ਇੱਥੇ ਸਲਾਮ ਕਹੋਗੇ ਤੇ ਜਾਨ ਬਚ ਜਾਵੇਗੀ, ਨਹੀਂ ਤੇ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ। ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਨੇ ਪਾਪੀ ਵਜ਼ੀਰ ਖਾਂ ਸੂਬੇ ਸਰਹੰਦ ਦੀ ਕਚਹਿਰੀ ਅੰਦਰ ਜ਼ਮੀਨ ਦੀ ਛਾਤੀ ਉੱਤੇ ਮਾਰ ਕੇ ਜ਼ੋਰ ਨਾਲ ਪੈਰ ਤੇ ਗੱਜ ਕੇ ਆਖਿਆ, ਵਜ਼ੀਰ ਖਾਂ ਕੱਟ ਬੰਦ ਬੰਦ ਦੇ, ਓਏ ਪੱਠੀਆਂ ਨੂੰ ਝੌਂਕ ਦੇ, ਆਰਿਆਂ ਨੂੰ ਸੌਂਪ ਦੇ, ਸਾਡੀ ਜਵਾਨੀ ਕੜ ਕੇ, ਸਾਡੀ ਜਵਾਨੀ ਬਲ ਕੇ, ਗਾਵੇਗੀ ਇੱਕੋ ਰਾਗਣੀ ਕਿ ਧਰਮ ਪਿੱਛੇ ਮਰਨ ਵਿੱਚ ਕੋਈ ਜ਼ੁਲਮ ਕੋਈ ਸਿਤਮ ਸਾਨੂੰ ਝੁਕਾ ਸਕਦਾ ਨਹੀਂ, ਸਾਨੂੰ ਮਿਟਾ ਸਕਦਾ ਨਹੀਂ, ਕਿਉਂਕਿ ਸਾਡੀਆਂ ਰਗਾਂ 'ਚ ਅਜੇ ਕਲਗੀਧਰ ਦਾ ਖੂਨ ਏ। ਦੋਵੇਂ ਸਾਹਿਬਜ਼ਾਦੇ ਖਲੋਤੇ, ਪਾਪੀ ਵਜ਼ੀਰ ਖਾਂ ਸੂਬੇ ਸਰਹੰਦ ਨੂੰ ਸਣੇ ਕੱਪੜੀ ਅੱਗ ਲੱਗ ਗਈ, ਮੱਥੇ 'ਤੇ ਤਿਉੜੀਆਂ ਪੈ ਗਈਆਂ, ਅੱਖਾਂ ਵਿੱਚ ਖੂਨ ਆਇਆ, ਲਾਏ ਹੋਏ ਸੁਘਾਸੋਂ ਤੋਂ ਖੜਾ ਹੋ ਕੇ ਸਾਹਿਬਜ਼ਾਦੇ ਨੇ ਇੱਕ ਮੌਤ ਭਰੀ ਧਮਕੀ ਤੇਰਾ ਪੋ ਨੂੰ ਹੇ ਇੰਜ ਦੇ ਰਿਹਾ ਸੀ।
मैं सरहंद दे बना दिया, सूबेदार मैं सरहंद दे बना दिया, आ बैठ तख्तां ते हुक्म चलाओ। वजीर खां असी शहीद होने वास्ते तैयार है पर तू सानू शहीद करने वास्ते तैयार हो जा। काजी सद्या गया, काजी ने फतवा लाया कि गुरु के साहबजादे नू जींदिया नीहां विच चिण के शहीद किया जाए। हुण इट्टां आ गई, सरहंद दी धरती उत्ते चूना आ गया जिथे गुरु के लाला नू नीहां विच चिणिया जाना सी। राजगिरी दे जलाद मिस्त्री मिल गए जिन्होंने साहबजादे नीहां विच चिणना सी, पर साहबजादियां उत्ते तलवार चलाउण वास्ते शहीद करन वास्ते कोई जरनैल ना मिलिया। पापी वजीर खां सूबे सरहंद ने अपनी कचहरी विच चारे पासे झात मारी, इहदी निगाह पै गया सत सिंह जी मलेरकोटले का पठान जिहदा नां इतिहास दे विच आ शेर मुहम्मद खां। इह एक मर्द मुगल पठान निकलिया। वजीर खान ने आख्या शेर मुहम्मद खां इन्हां दे पिता गुरु गोबिंद सिंह पातशाह महाराज ने तुहाडे दो भरावां नूं चमकौर की कच्ची हवेली अंदर अपने तीर मार के मौत दे घाट उतारिया है। तू अपने मरे हुए भरावां दी मौत का बदला सतगुरु महाराज जी दे दो साहबजादे मार के लै सकदा है। शेर मुहम्मद खां ने छाती उत्ते हाथ मार के आख्या वजीर खां जिस दिन मेरे भरावां दा कातल इन्हां दा पिता गुरु गोबिंद सिंह मदाने जंग विच आवेगा ना, जां ते मैं गुरु दे हत्थों मारिया जावांगा ते जां फिर हाथ विच फड़ी हुई तलवार दा वार करके मैं गुरु नूं मार दवांगा। ओह मौत मेरे वास्ते बहादुरी दी मौत होवेगी। दुनिया दे लोक कहणगे शेर मुहम्मद खां अपने भरावां दी मौत दा बदला लैंदा होया कलगियां वाले पातशाह महाराज जी दे हत्थों मारिया गया है, पर इन्हां साहबजादियां उत्ते तलवार का वार करके मैं पापा का भागी नहीं बनना चाहता। जिथे ये पाप करने वास्ते मैं तैयार नहीं है उत्थे वजीर खां तेनू भी रोकदा है, ये पाप ना करी। जिहड़ा पाप का बूटा अज तू सरहंद की धरती उत्ते तेरा पोह नू लावेगा जदों ये फल जाएगा ये फल का स्वाद सारे सरहंद शहर नू चखना पै जाएगा। हाँ का नारा मार के शेर मुहम्मद खां निकल गया। वजीर खां सूबे सरहंद के सामने पापी सुचानंद खलोता होया सी, उन्हें आख्या वजीर खां हुक्म होवे ते मैं साहबजादे नाल कोई गल करना चाहुंदा है। आग्या दित्ती, पापी सुचे नंद ने आख्या साहबजादियो भला तुहानू छड़ दिता जावे ते फिर तुसी की करोगे। साहबजादियां आख्या
ਅਸੀਂ ਜੰਗਲਾਂ ਵਿੱਚ ਜਾਵਾਂਗੇ, ਆਪਣੇ ਵਿਛੜੇ ਵੀਰਾਂ ਨੂੰ ਇਕੱਠਿਆਂ ਕਰਾਂਗੇ, ਇੱਕ ਜਥਾ ਤਿਆਰ ਕਰਾਂਗੇ, ਹੱਥ ਵਿੱਚ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਬਖਸ਼ਿਸ਼ ਸ਼ਮਸ਼ੀਰ ਲੈ ਕੇ ਜ਼ਾਲਮ ਦਾ ਖਾਤਮਾ ਕਰਨ ਵਾਸਤੇ, ਜ਼ੁਲਮ ਨੂੰ ਸੋਧਣ ਵਾਸਤੇ ਅਸੀਂ ਮੈਦਾਨੇ ਜੰਗ ਵਿੱਚ ਹਾਂ ਡਟਾਂਗੇ। ਪਾਪੀ ਸੁੱਚੇ ਨੰਦ ਨੇ ਆਖਿਆ, ਸਾਹਿਬਜ਼ਾਦਿਓ ਤੁਹਾਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਫਿਰ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਨੇ ਆਖਿਆ, ਫਿਰ ਇਸੇ ਤਰ੍ਹਾਂ ਆ ਜਾਵਾਂਗੇ। ਜਦ ਤੱਕ ਜ਼ੁਲਮ ਹੈ, ਕਲਗੀਧਰ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦੇ ਬਹਾਦਰ ਯੋਧੇ ਜ਼ੁਲਮ ਦਾ ਟਾਕਰਾ ਕਰਨ ਵਾਸਤੇ ਕਦੇ ਮਿਆਨ ਵਿੱਚ ਤਲਵਾਰ ਨਹੀਂ ਪਾ ਸਕਦੇ। ਵਜ਼ੀਰ ਖਾਨ ਨੇ ਹੁਕਮ ਕੀਤਾ, ਇਹਨਾਂ ਸਾਹਿਬਜ਼ਾਦਿਆਂ ਨੂੰ ਜਿਉਂਦਿਆਂ ਨੀਹਾਂ ਵਿੱਚ ਚਿਣਿਆ ਜਾਵੇ। ਸਰਹੰਦ ਦੀ ਜ਼ਮੀਨ ਦੀ ਛਾਤੀ ਉੱਤੇ ਰਾਜਗਿਰੀ ਦੇ ਮਿਸਤਰੀ ਜ਼ਲਾਦ ਨੇ ਚੂਨਾ ਪਾਇਆ, ਪਾਏ ਹੋਏ ਚੂਨੇ ਉੱਤੇ ਅਤੇ ਇੱਟ ਰੱਖੀ ਅਤੇ ਇੱਕ ਇੱਟ ਦਾ ਨੀਂਹ ਦਾ ਵਾਰ ਆਇਆ, ਦੋਵੇਂ ਸਾਹਿਬਜ਼ਾਦੇ ਸਮੀਹ ਵਿੱਚ ਖਲੋ ਗਏ। ਜ਼ਲਾਦ ਇੱਟ ਉੱਤੇ ਚੂਨਾ ਪਾਉਂਦਾ ਏ, ਵਾਰ ਫਿਰ ਚੂਨਾ ਪਾਉਂਦਾ ਏ, ਸਾਧ ਸੰਗਤ ਜੀ ਫਿਰ ਵਾਰ ਆਉਂਦਾ ਏ, ਉਸਰਦੀ ਹੋਈ ਕੰਧ ਗੋਡਿਆਂ ਤੱਕ ਰਿਆ ਗਈ। ਹੱਥ ਵਿੱਚ ਜ਼ਲਾਦ ਨੇ ਇੱਕ ਚਤੇਸੀ ਫੜੀ, ਇੱਕ ਚ ਇੱਟ ਫੜੀ, ਉਸ ਇੱਟ ਨੂੰ ਤਰਾਸ਼ਣ ਲੱਗਾ ਏ, ਤੋੜਨ ਲੱਗਾ ਏ, ਅਤੇ ਜ਼ਲਾਦ ਇੱਟ ਉੱਤੇ ਤੇਸੀ ਦਾ ਵਾਰ ਕਰਨ ਲੱਗਾ। ਵਜ਼ੀਰ ਖਾਨ ਨੇ ਆਵਾਜ਼ ਮਾਰ ਕੇ ਆਖਿਓ, ਜ਼ਲਾਦਾ ਇਹ ਕੀ ਕਰਨ ਲੱਗਾ ਏ? ਜ਼ਲਾਦ ਨੇ ਆਖਿਆ, ਵਜ਼ੀਰ ਸਾਹਿਬ ਜੀ ਤੁਹਾਡਾ ਹੁਕਮ ਸੀ ਕਿ ਕੰਧ ਸਿੱਧੀ ਹੋਣੀ ਚਾਹੀਦੀ ਏ, ਪਰ ਸਾਹਿਬਜ਼ਾਦਿਆਂ ਦੇ ਸਰੀਰ ਦੇ ਗੋਡੇ ਥੋੜ੍ਹੇ ਕਬਾਰ ਵਾਰ ਨੇ, ਕੰਧ ਵਿੰਗੀ ਹੁੰਦੀ ਏ, ਕੰਧ ਨੂੰ ਸਿੱਧਿਆਂ ਰੱਖਣ ਵਾਸਤੇ ਮੈਂ ਇੱਟ ਤੋੜਨ ਲੱਗਾ ਏ। ਵਜ਼ੀਰ ਖਾਨ ਨੇ ਆਖਿਆ, ਜ਼ਲਾਦ ਇਹ ਮੁਗਲੀਆ ਹਕੂਮਤ ਦੀ ਇੱਟ ਅਤੇ ਮਹਿੰਗੀ ਏ, ਇਹਨਾਂ ਕਾਫਰ ਬੱਚਿਆਂ ਦੇ ਜਿਸਮ ਸਸਤੇ ਨੇ, ਇੱਟ ਦੀ ਥਾਂ 'ਤੇ ਸਾਹਿਬਜ਼ਾਦਿਆਂ ਦੇ ਗੋਡਿਆਂ ਦੀਆਂ ਚੱਪੜੀਆਂ ਛਿਲ ਦਿੱਤੀਆਂ ਜਾਣ। ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਨੇ ਆਖਿਆ, ਹੇ ਜ਼ਲਾਦ ਜੋ ਕੁਝ ਵਜ਼ੀਰ ਖਾਂ ਕਹਿ ਰਿਹਾ ਉਹ ਸੱਚ ਕਹਿ ਰਿਹਾ ਏ, ਅਸੀਂ ਨਹੀਂ ਚਾਹੁੰਦੇ ਕਿ ਜਿਸ ਨੀਂਹ ਦੇ ਉੱਤੇ ਸਿੱਖੀ ਦਾ ਮਹੱਲ ਤਿਆਰ ਹੋਣਾ ਏ, ਉਸ ਨੀਂਹ ਦੇ ਵਿੱਚ ਕੋਈ ਟੁੱਟੀ ਹੋਈ ਇੱਟ ਲੱਗੇ, ਉਹਦੇ ਵਿੱਚ ਕੋਈ ਤਿੜਕੀ ਹੋਈ ਇੱਟ ਲੱਗੇ, ਇਸ ਕਰਕੇ ਇੱਟ ਦੀ ਥਾਂ ਦੇ ਉੱਤੇ ਸਾਡੇ ਗੋਡਿਆਂ ਦੀਆਂ ਚੱਪੜੀਆਂ ਛਿਲ ਦਿੱਤੀਆਂ ਜਾਣ। ਜ਼ਲਾਦ ਨੇ ਸਾਧ ਸੰਗਤ ਜੀ ਤੇਸੀ ਦਾ ਵਾਰ ਕੀਤਾ, ਖੂਨ ਦੀਆਂ ਧਾਰਾਂ ਵਗੀਆਂ, ਦੋਵੇਂ ਸਾਹਿਬਜ਼ਾਦੇ ਨੀਹਾਂ ਵਿੱਚ ਖਲੋਤੇ ਬੋਲੇ ਸੁਨਿਆਲ ਅਤੇ ਸਤਿ ਸ੍ਰੀ ਅਕਾਲ ਦੇ ਜੰਕਾਰੇ ਲਾ ਰਹੇ ਨੇ। ਤੇਰਾ ਪੋਹ ਨੂੰ ਉਸਰਦੀ ਹੋਈ ਕੰਧ ਛਾਤੀਆਂ ਵੱਲ ਵੱਧ ਰਹੀ ਹੈ, ਦੋਵੇਂ ਸਾਹਿਬਜ਼ਾਦੇ ਜੰਕਾਰਾ ਲਾਉਂਦੇ ਨੇ ਅਤੇ ਵੀਰ ਫਤਿਹ ਸਿੰਘ ਨੇ ਕੀ ਤੱਕਿਆ ਕਿ ਵੀਰ ਜ਼ੋਰਾਵਰ ਸਿੰਘ ਦੇ ਜੰਕਾਰੇ ਦੀ ਆਵਾਜ਼ ਮੱਧਮ ਹੋ ਗਈ ਏ। ਉਸੇ ਵੇਲੇ ਫਤਿਹ ਸਿੰਘ ਨੇ ਵੇਖ ਕੇ ਆਖਿਆ, ਵੀਰਾ ਕੀ ਗੱਲ, ਡਰ ਗਿਆ ਏ, ਡੋਲ ਗਿਆ ਏ, ਘਬਰਾ ਗਏ, ਤੇਰੇ ਜੰਕਾਰੇ ਦੀ ਆਵਾਜ਼ ਮੱਧਮ ਕਿਉਂ ਹੋ ਗਈ ਏ? ਬਾਬਾ ਜ਼ੋਰਾਵਰ ਸਿੰਘ ਨੇ ਆਖਿਆ, ਵੀਰ ਫਤਿਹ ਸਿੰਘਾ, ਨਾ ਤੇ ਮੈਂ ਡੋਲਿਆ ਏ, ਨਾ ਮੈਂ ਘਬਰਾਇਆ ਏ, ਪਰ ਮੈਨੂੰ ਉਸ ਕਾਦਰ ਦੀ ਕੁਦਰਤ ਦੇ ਉੱਤੇ ਇੱਕ ਸ਼ਿਕਵਾ ਏ, ਇੱਕੇ ਪਿਓ ਦੇ ਘਰ ਆਪਾਂ ਦੋਵੇਂ ਆਏ, ਇੱਕੇ ਮਾਂ ਦੀ ਕੁੱਖ ਵਿੱਚੋਂ ਆਪਾਂ ਦੋਵੇਂ ਪੈਦਾ ਹੋਏ, ਪਰ ਆਇਆ ਸੰਸਾਰ ਦੇ ਉੱਤੇ ਮੈਂ ਪਹਿਲਾਂ ਏ ਅਤੇ ਚੱਲਿਆ ਸੰਸਾਰ ਦੇ ਉੱਤੋਂ ਤੂੰ ਪਹਿਲਾਂ ਏ। ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਨੇ ਆਖਿਆ, ਵੀਰ ਫਤਿਹ ਸਿੰਘਾ, ਜੇ ਇਹ ਗੱਲ ਏ ਜਾਂ ਤੇ ਮੈਂ ਫਿਰ ਨੀਵਾਂ ਹੋਣ ਦੀ ਕੋਸ਼ਿਸ਼ ਕਰਦਾ ਏ ਅਤੇ ਜਾਂ ਫਿਰ ਤੂੰ ਉੱਚਾ ਹੋਣ ਦੀ ਕੋਸ਼ਿਸ਼ ਕਰ। ਦੋਵੇਂ ਸਾਹਿਬਜ਼ਾਦੇ ਨੀਹਾਂ ਵਿੱਚ ਖਲੋ ਕੇ ਜ਼ਾਲ ਹਕੂਮਤ ਜਿਸ ਤਰ੍ਹਾਂ ਉਹਨਾਂ ਨੂੰ ਸ਼ਹੀਦ ਕਰ ਰਹੀ ਏ, ਉਸ ਵੇਲੇ ਦੇ ਦਰਦਨਾਕ ਸੀਨ ਨੂੰ ਇੱਕ ਢਾਡੀਆਂ ਦਾ ਬੜਾ ਪੱਕਾ ਰਾ ਕੇ ਜਿਹਨੂੰ ਕਿਹਾ ਜਾਂਦਾ ਏ ਗੱਡੀ ਛੰਦ, ਜਿਹੜਾ ਕਿ ਧਿਆਨ ਦੇ ਕੇ ਸਰਵਣ ਕਰਨਾ, ਤੇਰਾ ਪੋਹ ਸਨ 1704 ਈਸਵੀ ਦੁਪਹਿਰ ਦਾ ਸਮਾਂ ਸਰਹੰਦ ਦੀ ਧਰਤੀ ਉੱਤੇ ਪਾਪੀ ਵਜ਼ੀਰ ਖਾਂ ਸੂਬੇ ਸਰਹੰਦ ਵੱਲੋਂ ਦੋਵਾਂ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਕੇ ਸਾਧ ਸੰਗਤ ਜੀ ਸ਼ਹੀਦ ਹੈ, ਇੰਜ ਕੀਤਾ ਜਾ ਰਿਹਾ ਜੀ। Thank you.
ਦਸ਼ਮੇਸ਼ ਜੀ ਨੇ ਕਿ ਮੌਤ ਵਿੱਚੋਂ ਹੀ ਜ਼ਿੰਦਗੀ ਪਾਈ ਦੀਏ ਉਹ ਜਦੋਂ ਲਾੜੀ ਆਜ਼ਾਦੀ ਦਾ ਚਾਹ ਹੋਵੇ ਪਹਿਲਾਂ ਹੱਸ ਕੇ ਮੌਤ ਵੀ ਆਹੀ ਦੀਏ ਜਿਹੜਾ ਸਿੱਖੀ ਸਕੂਲ ਵਿੱਚ ਹੋਏ ਦਾਖਲ ਪਹਿਲਾਂ ਇਹੋ ਹੀ ਸਬਕ ਪੜ੍ਹਾਈ ਦਾ ਏ ਮੌਤ ਸਾਨੂੰ ਕਦੇ ਵੀ ਮਾਰਦੀ ਨਾ ਇਹ ਚੋਲਾ ਇੱਕ ਲਾ ਕੇ ਦੂਜਾ ਫਾਇਦਾ ਏ ਆਉਣਾ ਉਹਨਾਂ ਦਾ ਜਗ ਤੇ ਸਫਲ ਹੁੰਦਾ ਤੇ ਦੇਸ਼ ਕੌਮ ਦੇ ਕੰਮ ਜੋ ਆ ਜਾਂਦੇ ਉਹ ਮਰਦੇ ਨਹੀਂ ਜਗ ਤੇ ਅਮਰ ਰਹਿੰਦੇ ਤੇ ਮਰ ਕੇ ਜੂਣ ਦਾ ਢੰਗ ਸਿਖਾ ਜਾਂਦੇ ਦੀਵਾ ਕੌਮ ਤੇ ਅਣਖਦਾ ਰਹੇ ਜਗਦਾ ਤੇ ਜਗਾ ਤੇਲ ਦੀ ਖੂਨ ਪਾ ਜਾਂਦੇ ਕਦੇ ਕਿਸੇ ਦੁਹਾਨ ਤੋਂ ਬੁੱਝਦੀ ਨਾ ਤੇ ਜਿਹੜੀ ਜੋਤ ਸ਼ਹੀਦ ਜਗਾ ਜਾਂਦੇ ਹੋ ਜਦੋਂ ਵੇਖਿਆ ਵਜੀਦ ਖਾਨ ਨੇ ਹਾਂ ਜਦੋਂ ਵੇਖਿਆ ਵਜੀਦ ਖਾਨ ਤਰਮਾਨੀ ਸ਼ੇਰ ਡੋਲਦੇ ਕੀਤਾ ਹੁਕਮ ਉਹ ਕੀਤਾ ਹੁਕਮ ਕਸ ਕੇ ਹੋ ਕਸ ਕਸ ਕੇ ਉਦਾਲੇ ਇੱਟਾਂ ਲਾਉਣੀਆਂ ਜਰਾ ਨਾ ਦਰੇਗ ਕਰੀ ਨਾ ਦੋਵੇਂ ਲਾਡਲੇ ਹੋ ਦੋਵੇਂ ਲਾਡਲੇ ਗੁਰੂ ਗੋਬਿੰਦ ਸਿੰਘ ਦੇ ਹੋ ਨੀਆਂ ਚ ਖਲਾਰੇ ਆਣ ਕੇ ਕੰਧ ਪਾਪ ਦੀ ਹੋ ਕੰਧ ਪਾਪ ਸਾਰਨ ਲੱਗ ਪਏ ਮਾਣ ਸੀ ਹਕੂਮਤ ਦਾ ਜੋ ਜੋ ਵਾਰ ਬਈ ਹੋ ਜੋ ਜੋ ਵਾਰ ਬਈ ਉਤਾਨੂੰ ਆਵੇ ਪਾਪ ਬੇੜੀ ਜਾਵੇ ਡੁੱਬਦੀ ਜਦੋਂ ਕੰਧ ਬਈ ਹੋ ਜਦੋਂ ਕੰਧ ਛਾਤੀਆਂ ਤੱਕ ਆ ਗਈ ਦੋਵੇਂ ਫੁੱਲ ਜੋ ਬਣ ਤੇ ਆ ਗਏ ਹੋ ਗਈਆਂ ਲਾਲ ਬੁੱਲੀਆਂ ਜਿਵੇਂ ਦਮਕੇ ਹੋ ਜਿਵੇਂ ਦਮਕੇ ਕੁਠਾਲੀ ਵਿੱਚ ਸੋਣਾ ਹੋ ਗਏ ਨੂਰੋ ਨੂਰ ਮੁਖੜੇ ਸੁਬਾ ਸਾਹਮਣੇ ਹੋ ਸੁਬਾ ਸਾਹਮਣੇ ਸ਼ਰਾਬੀ ਛੁਰੀ ਦੇ ਨਾਲ ਦੋਵੇਂ ਕੁੱਤ ਲਾਏ ਜਾਓਗੇ ਅੱਗੋਂ ਮੋੜ ਕੇ ਹੋਏ ਅੱਗੋਂ ਮੋੜ ਕੇ ਸੁਣਾਇਆ ਸਹਿਬ ਜਾ ਦਿਆ ਕਿਨੂੰ ਦੇ ਡਰਾ
ਇਹਨੀ ਸੁਣ ਕੇ ਕ੍ਰੋਧ ਵਿੱਚ ਆਣ ਗਏ ਤਲਵਾਰ ਮਾਰ ਕੇ ਉਹ ਸੀਸ ਦੋਵਾਂ ਦੇ ਤੇਰਾ ਤੋਂ ਅੱਖ ਕੀਤੇ ਮੈਂ ਸ਼ਹੀਦੀ ਪਾ ਗਏ ਪਾਏ ਪੰਜਵੇਂ ਸੁੰਦਰੀ ਦਿਆ ਦੋ ਸਦਰਾ ਪੱਥਰਾਂ ਦੇ ਹੇਠ ਦੱਬੀਆਂ ਨੀਆਂ ਖਾਲਸੇ ਨੀਆਂ ਖਾਲਸੇ ਪੰਥ ਦੀਆਂ ਪੱਕੀਆਂ ਫਤਿਹ ਸਿੰਘ ਕਾਰੀ ਚੱਲਿਆ ਖੂਨ ਦੇਸ਼ ਬਈ ਖੂਨ ਦੇਸ਼ ਭਗਤਾਂ ਦਾ ਡੁੱਲਿਆ ਇੱਕ ਦਿਨ ਰੰਗ ਲਾਵੇਗਾ ਨਾਮ ਉਹਨਾਂ ਦਾ ਨਾਮ ਉਹਨਾਂ ਦਾ ਰਹੇਗਾ ਡਗ ਸੀਤਲਾ ਜਿੰਨਾ ਵਾਂਗ ਸਾਹਿਬ ਯਾਦਿਆ ਪਿਆਰਿਆ ਪਿਆਰਿਆ ਹੋ ਦੇਸ਼ ਦੀ ਆਜ਼ਾਦੀ ਵਾਸਤੇ ਸੀਸ ਵਾਰਿਆ ਜ਼ਾਲਮ ਸਰਕਾਰ ਨੇ 13 ਪੋਹ ਨੂੰ ਕਲਗੀਧਰ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦੇ ਛੋਟੇ ਦੋ ਫਰਜ਼ੰਦ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਨੂੰ ਨੀਹਾਂ ਵਿੱਚ ਚਿਣਕੇ ਅਤੇ ਸ਼ਹੀਦ ਕਰ ਦਿੱਤਾ। ਕਹਿੰਦੇ ਜ਼ਿੰਦਗੀ 'ਚ ਵੇਖਿਓ ਉਹ ਕੈਸਾ ਸਮਾਂ ਹੋਵੇਗਾ ਜਦੋਂ ਸਤਿਗੁਰੂ ਮਹਾਰਾਜ ਜੀ ਦੇ ਸਾਹਿਬਜ਼ਾਦੇ ਨੂੰ ਨੀਹਾਂ ਵਿੱਚ ਚਿਣਿਆ ਜਾਂਦਾ ਹੋਵੇਗਾ, ਦੁਨੀਆਂ ਦੇ ਲੋਕ ਵੇਖਦੇ ਹੋਣਗੇ। ਕਲਗੀਧਰ ਗੁਰਦੇਵ ਪਾਤਸ਼ਾਹ ਮਹਾਰਾਜ ਨੇ ਆਪਣੇ ਚਾਰ ਪੁੱਤ ਸਿੱਖ ਕੌਮ ਉੱਤੋਂ ਵਾਰ ਦਿੱਤੇ ਕਿ ਮੇਰਾ ਪੰਥ ਵੱਸਦਾ ਰਹੇ, ਮੈਂ ਉੱਜੜਦਾ ਏ ਅਤੇ ਬੇਸ਼ੱਕ ਉੱਜੜ ਜਾਵੇ। ਅਸੀਂ ਅੱਜ 350 ਸਾਲਾਂ ਪ੍ਰਕਾਸ਼ ਦਿਵਸ ਸ਼ਤਾਬਦੀ ਤਖ਼ਤ ਸ਼੍ਰੀ ਪਟਨਾ ਸਾਹਿਬ ਦੀ ਪਾਵਣੀ ਅਤੇ ਪਵਿੱਤਰ ਧਰਤੀ ਉੱਤੇ ਮਨਾਉਣ ਵਾਸਤੇ ਆਏ ਹਾਂ। ਸਮੁੱਚੀ ਸੰਗਤ ਨੂੰ ਬੇਨਤੀ ਹੈ, ਇੱਕ ਬੇਨਤੀ ਪ੍ਰਵਾਨ ਕਰਿਓ, ਇਸ ਸ਼ਤਾਬਦੀ ਨੂੰ ਆਪਾਂ ਆਪਣੀ ਜ਼ਿੰਦਗੀ ਦੀ ਯਾਦਗਾਰੀ ਸ਼ਤਾਬਦੀ ਬਣਾ ਲਈਏ। ਪਤਾ ਨਹੀਂ 400 ਸਾਲਾਂ ਸਾਡੇ ਵਿੱਚੋਂ ਕਿਹੜੀ ਰੂਹ ਵੇਖ ਸਕੇ ਅਤੇ ਕਿਹੜੀ ਨਾ ਵੇਖ ਸਕੇ। ਇਹ ਬੇਨਤੀ ਪ੍ਰਵਾਨ ਕਰਿਓ ਜਿਨ੍ਹਾਂ ਨੇ ਅਜੇ ਅੰਮ੍ਰਿਤ ਨਹੀਂ ਛਕਿਆ, ਕਲਗੀਧਰ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦੇ ਧੀਆਂ ਅਤੇ ਪੁੱਤਰ ਨਹੀਂ ਬਣੇ, ਦੋਵੇਂ ਹੱਥ ਜੋੜ ਕੇ ਬੇਨਤੀ ਹੈ ਕਿ ਅੰਮ੍ਰਿਤ ਜ਼ਰੂਰ ਛਕਿਓ। ਅੰਮ੍ਰਿਤਧਾਰੀ ਬਣ ਕੇ ਆਪਾਂ ਸੰਸਾਰ ਦੇ ਵਿੱਚ ਰਹਿ ਕੇ ਦੁਨੀਆਂ ਦੇ ਲੋਕ ਪਤਾ ਕਰਨ ਕਿ ਕਲਗੀਧਰ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦੀ ਕੌਮ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਸਪੂਤਦਾਰੇ ਨੇ। ਇਹ ਬੇਨਤੀ ਪ੍ਰਵਾਨ ਕਰਨਾ। ਸਰਦਾਰ ਸੁਖਦੇਵ ਸਿੰਘ ਜੀ ਜਵੜਾ ਸਾਹਿਬ, ਉਹਨਾਂ ਵੱਲੋਂ 100 ਰੁਪਈਆ, ਮਾਤਾ ਗੁਰਸੇਵਕ ਸਿੰਘ ਅਤੇ ਗੁਰਬਖਸ਼ ਸਿੰਘ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਾਉਂਦੇ ਨੇ ਪਾਤਸ਼ਾਹ ਕਿਰਪਾ ਕਰੇ। ਅਤੇ ਸਿੱਖ ਚੈਨਲ ਵਾਲੇ ਵੀਰਾਂ ਵੱਲੋਂ ਵੀ 100 ਰੁਪਈਆ ਇਤਿਹਾਸ ਪਿੰਡ ਮਾਇਆ ਹਾਜ਼ਰ ਹੋਈ ਹੈ। ਸਰਦਾਰ ਸੋਹਣ ਸਿੰਘ ਜੀ ਉਹਨਾਂ ਵਾਲੀ ਮਾਇਆ ਹਾਜ਼ਰ ਹੋਈ ਹੈ। ਸਮੁੱਚੀਆਂ ਸਿੱਖ ਸੰਗਤਾਂ ਕਿਰਪਾ ਕਰਨ, ਜਿੰਨੀਆਂ ਵੀ ਸਿੱਖ ਸੰਗਤਾਂ ਨੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਅੰਦਰ ਅਰਦਾਸਾਂ ਕੀਤੀਆਂ ਨੇ, ਗੁਰੂ ਕੇ ਪਾਵਨ ਦਰਬਾਰ ਅੰਦਰ ਖਾਲਸਾ ਪੰਥ ਆਪਣੀ ਮੋਹਰ ਲਾ ਦਿਓ ਅਤੇ ਗੱਜ ਕੇ ਕਹੋ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਕਿਸੇ ਨੇ ਵੀ ਯਾਦ ਕਰਨਾ ਹੋਵੇ ਛਾਪਿਆ ਐਡਰੈਸ ਕਾਰਡ ਲੈ ਸਕਦੇ ਜੋ, ਯਾਦ ਵੀ ਹੁਕਮ ਕਰੋਗੇ ਦਾਸ ਗੁਰਭੇਜ ਸਿੰਘ ਚਵਿੰਡਾ, ਜ਼ਿਲ੍ਹਾ ਅੰਮ੍ਰਿਤਸਰ ਦੀ ਪਾਵਣੀ ਅਤੇ ਪਵਿੱਤਰ ਧਰਤੀ ਤੋਂ ਆਪ ਸਿੱਖ ਸੰਗਤਾਂ ਦੇ ਦਰਸ਼ਨਦਾਰ ਕਰਨ ਵਾਸਤੇ ਹਾਜ਼ਰ ਹੋ ਜਾਵੇਗਾ। ਸਾਥ ਦੇ ਰਹੇ ਸਨ ਭਾਈ ਕੁਲਦੀਪ ਸਿੰਘ ਜੀ ਬਲ, ਫਤਿਹਗੜ੍ਹ ਚੂੜੀਆਂ ਰੋਡ, ਭਾਈ ਲਖਬੀਰ ਸਿੰਘ ਜੀ ਤਾਜੇ ਚੱਕ ਢਾਡੀ ਅਤੇ ਭਾਈ ਗੁਰਮੇਜ ਸਿੰਘ ਜੀ ਘਨੂਪੁਰ ਕਾਲੇ ਢਾਡੀ, ਚਾਰੇ ਹੀ ਵੀਰ ਅੰਮ੍ਰਿਤਸਰ ਦੀ ਪਾਵਣੀ ਅਤੇ ਪਵਿੱਤਰ ਧਰਤੀ ਤੋਂ ਆਪ ਸੰਗਤਾਂ ਦੇ ਦਰਸ਼ਨਦਾਰ ਕਰਨ ਵਾਸਤੇ ਹਾਜ਼ਰ ਹੋਏ ਸਾਂ। ਕੋਟ ਨੂੰ ਕੋਟ ਧੰਨਵਾਦ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਆਪ ਸਮੁੱਚੀਆਂ ਸੰਗਤਾਂ ਦਾ, ਹੋਈਆਂ ਭੁੱਲਾਂ ਦੀ ਖਿਮੇ ਬਖਸ਼ੋ ਅਤੇ ਗੱਜ ਕੇ ਕਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।